ਜੰਡਿਆਲਾ ਦੀ ਬੀਰੂ ਮੱਲ ਮੁਲਕ ਰਾਜ ਸ਼ੈਲਰ ਮਿਲ ਦੇ ਵੱਲੋਂ ਕੀਤੇ ਗਏ ਬਹੁ ਕਰੋੜੀ ਘੋਟਾਲੇ ਦੀ ਜਾਂਚ ਦੇ ਲਈ ਅੱਜ ਵਿਜੀਲੈਂਸ ਪੰਜਾਬ ਦੇ ਡਾਇਰੈਕਟਰ ਕਮ ADGP ਸ੍ਰੀ BK ਉੱਪਲ IPS ਨੇ ਅੱਜ ਜੰਡਿਆਲਾ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਇਸ ਘੋਟਾਲੇ ਦੀ ਪੀੜਤ ਧਿਰਾਂ ਜਿਸ ਦੇ ਵਿਚ ਪੰਜਾਬ ਨੈਸ਼ਨਲ ਬੈਂਕ, ਪਨਗ੍ਰੇਨ ਅਤੇ ਵੇਅਰ ਹਾਊਸ ਸ਼ਾਮਿਲ ਨੇ ਦੇ ਅਧਿਕਾਰੀਆਂ ਦੇ ਕੋਲੋਂ ਪੁੱਛ ਪੜਤਾਲ ਵੀ ਕੀਤੀ ਹੈ। ਤੁਹਾਨੂੰ ਦੱਸਦੀਏ ਕਿ ਉਕਤ ਸ਼ੈਲਰ ਮਿਲ ਦੇ ਵੱਲੋਂ ਪਾਨਗ੍ਰੇਨ ਅਤੇ ਵੇਅਰ ਹਾਊਸ ਦਾ 467 ਵੈਗਨ ਝੋਨਾ ਖੁਰਦਪੁਰਦ ਕੀਤਾ ਗਿਆ ਅਤੇ ਪੰਜਾਬ ਨੈਸ਼ਨਲ ਬੈਂਕ ਦੀ 203 ਕਰੋੜ ਰੁਪਏ ਦੀ ਲਿਮਿਟ ਵੀ ਵਾਪਸ ਨਹੀਂ ਕੀਤੀ ਗਈ ਹੈ। ਦੇਖੀਏ, ਆਪ ਜਾਣਤੇ ਹੈ ਕਿ ਕਾਫੀ ਬੜਾ ਸਕੈਮ ਹੋਇਆ ਹੈ ਔਰ ਆਜ ਜੋ ਆਪਨੇ ਦੇਖਾ ਹੈ ਟੋਟਲ ਅਗਰ ਇਸ ਪ੍ਰੋਪਰਟੀ ਕੀ ਵਰਥ ਦੇਖ ਲਈ ਜਾਏ 18-20 ਕਰੋੜ ਸੇ ਜ਼ਿਆਦਾ ਨਹੀਂ ਲੱਗ ਰਹੀ ਹੈ ਜੋ ਐਕਸਪਰਟ ਬਤਾ ਰਹੇ ਹੈ। ਅਗਰ ਉਸਕੇ ਉੱਪਰ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ 200 ਕਰੋੜ ਪਲੱਸ ਕਾ ਲੋਨ ਦੇਤੀ ਹੈ ਤੋ ਕਿਸ ਬੇਸ ਪੇ ਦੀਆ ਹੋਗਾ, ਦੈਟ ਨੀਡਸ ਟੂ ਬੀ ਪ੍ਰੂਵਡ। ਔਰ ਇਸ ਮਿਲ ਕਾ ਪੁਰਾਣਾ ਕੰਡਕਟ ਕਿਆ ਰਹਾ ਹੈ ਵੋ ਵੀ ਹਮ ਦੇਖ ਰਹੇ ਹੈ ਔਰ ਫਿਰ ਇਸਮੇ ਪੁਰਾਣਾ ਕੰਡਕਟ ਦੇਖਤੇ ਹੋਏ ਇਤਨਾ ਸਮਾਨ ਕੈਸੇ ਲੱਗ ਗਿਆ ਯੇ ਵੀ ਹਮੇ ਦੇਖਣਾ ਪੜੇਗਾ ਕਿ ਏਜੰਸੀ ਕੌਣ ਕੌਣ ਸੀ ਇਸਮੇ ਇਨਵੋਲਵਡ ਹੈ। ਬਾਕੀ ਰਹੀ ਬਾਤ ਕਿ ਇਹ ਮਾਲ ਇਨਕਾ ਹੈ ਮਾਲ ਉਨਕਾ ਹੈ, ਦੈਟ ਵਿਲ ਬੀ ਮੈਟਰ ਆਫ ਇਨਵੈਸਟੀਗੇਸ਼ਨ, ਵਿਲ ਸੀ ਕਿ ਕਿਨ ਕਾ ਕਲੇਮ ਬਣਤਾ ਹੈ ਕਿਨ ਕਾ ਕਲੇਮ ਨਹੀਂ ਬਣਤਾ ਹੈ। ਔਰ ਯੇ ਵੀ ਦੇਖੇਂਗੇ ਕਿ ਇਸ ਇਤਨੇ ਬੜੇ ਸਕੈਮ ਕੋ ਫੈਸੀਲੀਟੇਟ ਕੈਸੇ ਕੀਆ ਗਿਆ। ਆਫਟਰ ਯਾ ਤੋ ਦੋ ਹੀ ਚੀਜ਼ੇ ਹੋ ਸਕਤੀ ਹੈ, ਯਾ ਤੋ ਹਮਨੇ ਆਪਣੀ ਆਂਖੇਂ ਬੰਦ ਕਰ ਲਈ ਕਿਸੀ ਵਜ੍ਹਾ ਸੇ, ਠੀਕ ਹੈ, ਯਾ ਸਿਰਫ ਦਿਮਾਗ ਪੇ ਨਹੀਂ ਕਾਗਜ਼ੋ ਪੇ ਭਰੋਸਾ ਕਰ ਲਿਆ। ਈਵਨ ਆਈ ਰਿਮੈਂਬਰ ਯੂ ਕਾਂਟ ਬਲੇਮ ਇਟ ਕਿ ਸਭ ਫਲਾਂ ਫੀਲਡ ਆਫ ਸੇ ਰਿਕਮੈਂਡਡ ਦੈਟ ਵਾਈ ਵੀ ਫਾਰਵਰਡਡ ਦਿਸ, ਨੋ, ਯੂ ਹੈਵ ਟੂ ਸੈਟਿਸਫਾਈ ਯੂਅਰ ਸੈਲਫ। ਯੈਸ, ਮਾਈ ਆਫਿਸਰ ਇਜ਼ ਰਿਕਮੈਂਡਿੰਗ ਬਟ ਆਈ ਹੈਵ ਟੂ ਸੈਟਿਸਫਾਈ ਮਾਈ ਸੈਲਫ ਵੈਦਰ ਦਾ ਕੇਸ ਇਜ਼ ਮੇਰਾ ਔਰ ਨਾਟ। ਫਿਰ ਬਾਹਰ ਕੀ ਵੀ ਅਲਾਓ ਕਰਨਾ ਆਪਣੇ ਸਟੋਰੇਜ ਕੋ, ਜਿਸਕੇ ਪਾਸ ਸਟੋਰੇਜ ਕੀ ਕਪੈਸਿਟੀ ਨਹੀਂ ਹੈ, ਉਸਕੋ ਸ਼ੈਲਿੰਗ ਦੇਤੇ ਕਿਉਂ ਗਏ? ਵਹੀ ਏਜੰਸੀ ਹੈ, ਸਮਾਨ ਸਰਕਾਰ ਕਾ ਲਗਤਾ ਹੈ ਔਰ ਇਨਕੋ ਸਰਟੀਫਿਕੇਟ ਦੇ ਦਿੱਤਾ ਹੈ ਕਿ ਮੇਰਾ ਸਮਾਨ ਹੈ ਬੈਂਕ ਕੋ, ਔਰ ਬੈਂਕ ਵਾਲੇ ਕਾ ਉਸ ਸਰਟੀਫਿਕੇਟ ਕੇ ਬੇਸ ਪੇ ਉਸਕੀ ਸਿਕਿਉਰਿਟੀ ਕੀ ਵੈਲਿਊ ਕਰਕੇ ਉਸਕੋ ਐਡਵਾਂਸ ਕਰ ਦੇਤੇ ਹੈ। ਓਨਲੀ ਡਾਕੂਮੈਂਟੇਸ਼ਨ ਬੇਸਿਸ, ਓਨਲੀ ਡਾਕੂਮੈਂਟੇਸ਼ਨ ਬੇਸਿਸ, ਮੇਰਾ CA ਕਾ ਸਰਟੀਫਿਕੇਟ ਲੈ ਲਿਆ, ਕਿਸੇ ਕਾ ਸਰਟੀਫਿਕੇਟ ਲੈ ਲਿਆ, ਡਾਕੂਮੈਂਟ ਕਰ ਲਿਆ, ਖਾਨਾ ਪੂਰਤੀ ਕਰ ਰਹੇ ਜੀ। ਮਤਲਬ ਦਿਸ ਹੈਜ਼ ਬਿਨ ਐਨ ਆਈ ਓਪਨਰ ਫੋਰ ਆਲ ਆਫ ਅਸ, ਦਾ ਵੇਟ ਹੈਜ਼ ਬਿਨ ਡਨ ਐਂਡ ਦਾ ਪਾਰਟੀ ਇਜ਼ ਔਨ ਦਾ ਰਨ, ਦੇ ਹੈਵ ਨਥਿੰਗ ਟੂ ਲੂਸ, ਇਫ ਦੇ ਸਕੁਐਂਡਡ ਅਵੇ 200 ਕਰੋੜ ਦੇ ਹੈਵ ਨਥਿੰਗ ਟੂ ਲੂਸ, ਕਿੰਗ ਐਕਸ਼ਨ ਦੈਟਸ ਆਈ ਐਮ ਹੇਅਰ। ਬੇਸਿਕਲੀ ਤੋ ਅਭੀ ਤੱਕ ਤੋ ਜੋ ਮੇਨ ਹੈ ਮਿਲ ਵਾਲੇ ਆ ਰਹੇ ਹੈ, ਅੱਛਾ ਜੀ, ਜੋ ਪਾਰਟਨਰ ਬਣੇ ਹੋਏ ਹਨ, ਸਸਪੀਸ਼ੀਅਸ ਰੋਲ ਬੈਂਕ ਆਫਿਸਰਸ ਕਾ ਵੀ ਹੈ ਜਿਨ੍ਹਾਂ ਨੇ ਰਿਕਮੈਂਡ ਕੀਆ ਔਰ ਜਿਨ੍ਹਾਂ ਨੇ ਯੇ ਸਿਕਿਉਰਿਟੀ ਕੋ ਅਕਸੈਪਟ ਕਰਕੇ ਲੋਨ ਦਿਆ ਹੈ, ਔਰ ਸਸਪੀਸ਼ੀਅਸ ਲੋਕ ਰੋਲ ਏਜੰਸੀਜ਼ ਕਾ ਵੀ ਹੈ ਜਿਨ੍ਹਾਂ ਨੇ ਇਸ ਕੇਸ ਕੋ ਰਿਕਮੈਂਡ ਕੀਆ ਕਿ ਯਹਾਂ ਪੇ ਪਨਗ੍ਰੇਨ ਕੀ ਵੇਅਰ ਹਾਊਸ ਕੀ ਪੈਡੀ ਲਗਾਈ ਜਾ ਸਕਤੀ ਹੈ। ਟੋਟਲ ਕਿਤਨਾ ਅਮਾਊਂਟ ਕਾ ਫਰੋਡ ਹੋਇਆ ਹੈ? ਬੈਂਕ ਕੀ ਅਮਾਊਂਟ ਲਗਾ ਕੇ ਚਲੇ ਤੋ 200 ਕਰੋੜ ਰੁਪਏ ਤਕਰੀਬ ਯਹੀ ਬਤਾ ਦੇਂਗੇ, ਠੀਕ ਹੈ, ਬਾਕੀ 50-60 ਕਰੋੜ ਕੇ ਕਰੀਬ ਏਜੰਸੀਜ਼ ਕਾ ਸਮਾਨ ਹੈ ਜੋ, ਠੀਕ, ਦੈਟਸ ਅ ਟੋਟਲ ਵੈਲਿਊ ਲਗਭਗ 260 ਕਰੋੜ ਦਾ, ਲਗਭਗ 260। ਸਰ, ਸਾਡਾ ਵੇਅਰ ਹਾਊਸ ਵਾਲਾ ਉਹਨਾਂ ਸਾਰਾ ਅਕਸੈਪਟ ਕੀਤਾ ਹੈ, ਬਸ ਪਰਮਲ ਵਾਲਾ ਇਹ ਡਿਸਪਿਊਟਡ ਹੈ, ਇਹਦੇ ਬਾਰੇ ਡਿਸਾਈਡ ਕਰਨਗੇ ਚੀਫ ਬਿਜ਼ਨਸ ਕਹਿ ਕੇ ਗਏ ਆ ਬਈ ਇਟ ਵਿਲ ਡਿਸਾਈਡਡ ਲੇਟਰ ਔਨ, ਜੋ ਵੀ ਅਥਾਰਟੀ ਡਿਸਾਈਡ ਕਰਤੀ ਹੈ
ਆਲ ਵਿਲ ਐਕਸੈਪਟ ਇਟ ਬੈਟਰ ਦੀ ਪੰਜਾਬ ਏਅਰ ਹਾਊਸ ਬੈਂਕ ਫੰਡ ਗੇਨ ਔਰ ਬੈਂਕ ਜ਼ਰੂਰ ਡਿਸਾਈਡ ਕਰਤੇ ਹੈ ਵੀ ਸ਼ੈਲ ਓਨਰ ਇਟ। ਸਰ ਆਪ ਕਹਿ ਰਹੇ ਕਿ ਜੇ ਮਾਲ ਹਮਾਰਾ ਹੈ ਜਿਤਨਾ ਜੋ ਮਾਲ ਇਸ ਲਈ ਹੁਣ ਕਹਿ ਰਹੇ ਕਿ ਜੇ ਇਨਕਾ ਮਾਲ ਕਭੀ ਵੀ ਚਾਰ ਪੰਜ ਮਹੀਨੇ ਸੇ ਪੁਰਾਣਾ ਨਹੀਂ ਹੋਤਾ ਪੈਡੀ ਖਤਮ ਹੋ ਜਾਤੀ ਹੈ ਪਰ ਨੈਕਸਟ ਸਾਲ ਮੈਂ ਨੈਕਸਟ ਈਅਰ ਨਹੀਂ ਆਤੀ ਹੈ ਟੋਟਲੀ ਸਟੋਕ ਨਹੀਂ ਲਗਾ ਦਿੱਤੇ ਐਂਡ ਇਟ ਇਜ਼ ਮੋਰ ਦੈਨ 1 ਈਅਰ ਓਲਡ। ਠੀਕ ਅਬ ਦਿੱਕਤ ਜੇ ਹੈ ਕਿ ਹਮਨੇ ਇਸਕੋ ਚੈਕਿੰਗ ਕਰਵਾਈ ਹੈ ਉਹਨਾਂ ਨੂੰ ਓਲਡ ਲਿਖਾ ਜੇ ਮਾਨ ਨੇ ਰਹੇ ਕਿ ਇੱਕ ਸਾਲ ਪੁਰਾਣਾ ਹੈ ਜੇ ਕੋਈ ਨਹੀਂ ਲਿਖਣੇ ਕੋ ਤਿਆਰ ਕਿ ਇੱਕ ਸਾਲ ਜਾਂ ਦੋ ਸਾਲ ਪੁਰਾਣਾ ਜਾਂ ਤਿੰਨ ਸਾਲ ਪੁਰਾਣਾ। ਇਸਕੀ ਫੋਰੈਂਸਿਕ ਰਿਪੋਰਟ ਕਰਾਏਂਗੇ ਆਪ? ਫੋਰੈਂਸਿਕ ਰਿਪੋਰਟ ਹਮਨੇ ਕਰਵਾਈ ਹੈ ਦਿੱਲੀ ਸੇ। ਅੱਛਾ ਜੀ। ਵੀ ਹੈਵ ਪੇਡ 76,000 ਫਾਰ ਦੈਟ ਟੂ ਜੇ ਦੇ ਆਰ ਨੋਟ ਅਕਸੈਪਟਿੰਗ ਇਟ ਉਹ ਮਾਨ ਨਹੀਂ ਰਹੇ ਤਾਂ ਹਮ ਥਰੂ ਕੋਰਟ ਇਸਕਾ ਡਿਸਾਈਡ ਕਰੇਂਗੇ ਕਿਆ ਕਰਨਾ ਹੈ। ਇਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਰਿਪੋਰਟ ਕੀ ਹੈ ਮੰਗਵਾਈ ਹੈ ਉਹਨਾਂ ਨੇ ਵੀ ਓਲਡ ਲਿਖਾ ਹੈ ਲੇਕਿਨ ਜੇ ਨਹੀਂ ਬਤਾ ਸਕਦੇ ਕਿਤਨਾ ਓਲਡ ਸਰ ਆਪਕੇ ਉੱਪਰ ਨੋ ਇਟ ਇਜ਼ ਅ ਪੁਆਇੰਟ ਆਫ ਕੰਟੈਂਸ਼ਨ ਵੈਦਰ ਇਟ ਇਜ਼ 1 ਈਅਰ ਓਲਡ ਔਰ 2 ਈਅਰ ਓਲਡ ਔਰ 6 ਮੰਥ ਓਲਡ। ਸਰ ਇਹ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇੰਨਾ ਕਰਜ਼ਾ ਕਿਉਂ ਦਿੱਤਾ ਉਹ ਕੀ ਰੀਜ਼ਨ ਹੈ? ਸਰ ਦੈਟ ਇਜ਼ ਅਪ ਟੂ ਆਵਰ ਹਾਇਰ ਅਥਾਰਟੀ ਹਮਾਰੀ ਤਾਂ ਪਾਵਰ ਹੈ ਹੀ ਨਹੀਂ। ਓਕੇ ਵੀ ਓਨਲੀ ਰਿਕਮੈਂਡਿਡ ਕਿ ਪਾਰਟੀ ਨੇ ਜੇ ਰਿਕੁਐਸਟ ਕੀ ਹੈ ਉਸਕੀ ਰਿਕੁਐਸਟ ਫਾਰਵਰਡ ਕਰਤੇ ਹੈ ਦੈਨ ਇਟ ਗੋਜ਼ ਥਰੂ ਡਿਫਰੈਂਟ ਚੈਨਲ ਥਰੂ ਸਰਕਲ ਆਫਿਸ ਥਰੂ ਜੋਨਲ ਆਫਿਸ ਐਂਡ ਦੈਨ ਫਾਈਨਲੀ ਥਰੂ ਹੈਡ ਆਫਿਸ ਕਮੇਟੀ 1 ਐਂਡ ਕਮੇਟੀ 2 ਐਂਡ ਦੇ ਵਿਲ ਡਿਸਾਈਡ ਵਟ ਸਕਿਉਰਿਟੀ ਟੂ ਬੀ ਟੇਕਨ ਬਟ ਅਦਰ ਕਲੈਕਟਿਵ ਸਕਿਉਰਿਟੀ ਟੂ ਬੀ ਟੇਕਨ ਬਟ ਅਮਾਊਂਟ ਟੂ ਬੀ ਸੈਂਕਸ਼ਨ। ਜੰਡਿਆਲਾ ਗੁਰੂ ਤੋਂ ਪ੍ਰਗਟ ਸਿੰਘ ਦੇ ਨਾਲ ਕਮਲਜੀਤ ਸਿੰਘ ਦੀ ਰਿਪੋਰਟ।